ਲੋ ਜੀ ਮਿੱਤਰੋ, ਸਭ ਤੋਂ ਪਹਿਲਾਂ ਖੜਾ ਜੀ ਹੋਲੈਂਡ 5630 HP ਵਾਲਾ, ਅਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ। ਤੁਹਾਨੂੰ ਪਤਾ ਵੀ ਇਹ ਟਰੈਕਟਰ ਹੁਣ CRD ਇੰਜਨ ਦੇ ਵਿੱਚ ਆਉਣ ਲੱਗ ਗਏ ਬਾਈ, ਘੱਟ ਮਿਲਦੇ ਨੇ ਟਰੈਕਟਰ ਇਹ, ਅਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ। ਬਾਈ ਨਾਲ ਵੀ ਮਿਲਾਉਂਦੇ ਹਾਂ, ਲੱਕੀ ਬਾਈ ਨਾਲ, ਅਤੇ ਬਹੁਤ ਸਾਰੇ ਵੀਰ ਤਾਂ ਜਾਣਦੇ ਵੀ ਹੋਣਗੇ ਬਾਈ ਨੂੰ, ਬਾਈ ਜਿਹੜੇ ਲੋਕਲ ਨੇ ਜਾਂ ਜਿਹੜੇ, ਕਿਉਂਕਿ ਬਾਈ ਦਾ ਕਾਫੀ ਸਰਕਲ ਆ ਪੰਜਾਬ ਦੇ ਵਿੱਚ, ਅਤੇ ਤੁਹਾਨੂੰ ਸਾਰੇ ਟਰੈਕਟਰਾਂ ਬਾਰੇ ਜਿੰਨੇ ਵੀ ਖੜ੍ਹੇ ਨੇ ਸਾਰਿਆਂ ਬਾਰੇ ਆਪਾਂ ਜਾਣਕਾਰੀ ਦੇਣੀ ਹੈ ਜੀ। ਪੂਰੀ ਵੀਡੀਓ ਦੇਖਿਓ ਅੱਜ ਵਾਲੀ। ਬਾਈ ਹੋਰ ਬਾਈ ਕਿਆ ਹਾਲ ਹੈ ਜੀ? ਠੀਕ ਹੈ ਜੀ। ਅਤੇ ਬਾਈ ਆਹ ਟਰੈਕਟਰ ਦਾ ਮਾਡਲ ਕਿੰਨਾ ਕਿਹੜਾ ਜੀ? ਮਾਡਲ 2020 ਹੈ ਵੀਰੇ। 2020 ਮਾਡਲ ਹੈ ਜੀ, ਠੀਕ ਹੈ। ਬਾਈ ਟਾਇਰ ਟੂਰ ਕਿੱਦਾਂ ਨਾਲ ਦੇ ਨੇ? 900 ਘੰਟਾ ਰਿਜਨਲ ਚੱਲਿਆ ਵਾ ਬਾਈ। ਨੰਬਰ ਬਾਈ PB70 ਆ ਜੀ, ਡੇਰਾਬਸੀ ਦਾ। ਕੰਡੀਸ਼ਨ ਫੁੱਲ ਓਕੇ ਆ ਟਰੈਕਟਰ ਦੀ, ਸਾਰਾ ਰਿਜਨਲ ਆ ਬਾਈ ਟਰੈਕਟਰ ਬਾਈ ਕਹਿੰਦਾ। ਅਤੇ ਬਾਕੀ 18-4-30 ਤੁਹਾਨੂੰ ਪਤਾ ਟਾਇਰ ਆ ਬਾਈ, ਇੱਕ ਤੁਹਾਨੂੰ ਪਤਾ ਜੀ ਵੀ ਹੁਣ CRD ਇੰਜਨ ਦੇ ਵਿੱਚ ਆਉਂਦੇ ਨੇ, ਅਤੇ ਟਰੈਕਟਰ ਜਿਹਦੇ ਕੋਲ ਹੈਗਾ ਕੋਈ ਵੇਚਦਾ ਨਹੀਂ ਹੈਗਾ, ਜੇ ਟਰੈਕਟਰ ਮਿਲਦਾ ਵੀ ਹੈ ਤਾਂ ਟਰੈਕਟਰ ਬਹੁਤ ਰੇਟ ਵਿੱਚ ਮਿਲਦਾ ਇਹ, ਠੀਕ ਹੈ ਜੀ। ਅਤੇ ਬਾਕੀ ਹੁਣ ਇਹਦੇ ਬਾਰੇ ਦਾ ਟਰੈਕਟਰ ਬਾਰੇ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ, ਹੈ ਨਾ ਜੀ? ਹਾਂ ਜੀ ਹਾਂ, ਬਿਲਕੁਲ ਜੀ ਬਿਲਕੁਲ। ਇਹਦਾ ਮੈਂ ਸਾਰੇ ਜਿੰਨੇ ਵੀ ਹੋਲੈਂਡ ਦੇ ਉੱਚੇ ਮਾੜੇ ਸਾਰੇ ਰੂਟਰ ਪੰਪ 'ਚ ਆਉਂਦੇ ਨੇ, ਹੈ ਨਾ ਜੀ? ਠੀਕ ਹੈ, ਠੀਕ ਹੈ, ਰੂਟਰ ਪੰਪ 'ਚ ਠੀਕ ਹੈ ਜੀ। ਇਹ ਜਿਹੜੇ ਇਹਨੂੰ ਪੇਟ ਲੱਗੇ ਹੋਏ ਨੇ ਜੀ 3, ਇਹ ਮਤਲਬ ਕਿ ਕੰਪਨੀ ਵੱਲੋਂ ਉਹਨਾਂ ਕੇ ਬਾਅਦ 'ਚ ਐਕਸਟਰਾ ਪਏ ਹੋਏ ਨੇ ਬਾਈ, 3 ਵੇਟ ਨਾਲ ਆਉਂਦੇ ਨੇ ਜੀ। ਅੱਛਾ ਠੀਕ ਹੈ ਜੀ। 50 ਕਿਲੋ ਵਾਲੀ 3 ਪਲੇਟਾਂ ਬਾਈ, 150 ਕੁਇੰਟਲ ਇੱਧਰ ਹੋ ਗਿਆ, 150 ਉੱਧਰ ਹੋ ਗਿਆ, 300 ਕੁਇੰਟਲ ਵੇਟ ਹੋ ਗਿਆ ਜੀ। ਹਾਂ ਹਾਂ, 1.5 ਕੁਇੰਟਲ, 1.5 ਇੱਧਰ 1.5 ਉੱਧਰ, ਠੀਕ ਹੈ ਜੀ। ਅਤੇ ਬਾਕੀ ਬਾਈ ਆਪਾਂ ਸਿਰਫ ਤੁਹਾਨੂੰ ਵੀਡੀਓ ਵਿੱਚ ਦਿਖਾਉਣੇ ਆ, ਬਾਕੀ ਤੁਸੀਂ ਆ ਕੇ ਆਪ ਟਰੈਕਟਰ ਕੋਲੋਂ ਦੇਖਣਾ ਜੀ, ਠੀਕ ਹੈ। ਬਾਕੀ ਗੱਲ ਰਹੀ ਰੇਟ ਦੀ, ਉਹ ਤੁਹਾਨੂੰ ਆਪਾਂ ਅੱਗੇ ਵੀ ਦੱਸਦੇ ਹਾਂ ਵੀ ਰੇਟ ਦੀ ਗੱਲ ਆਪਾਂ ਬਹੁਤ ਸਾਰੇ ਟਰੈਕਟਰਾਂ ਰੇਟ ਆਪਾਂ ਨਹੀਂ ਦੱਸਦੇ, ਤਾਂ ਮੇਰਾ ਵੀਰ ਕੋਈ ਮਾਈਂਡ ਵੀ ਨਾ ਕਰੇ ਕਰੋ ਇਹ ਗੱਲ ਦਾ ਬਾਈ, ਠੀਕ ਹੈ ਜੀ। ਅਤੇ ਬਾਈ ਦਾ ਨੰਬਰ ਥੱਲੇ ਮੈਂਸ਼ਨ ਕਰਾਂਗੇ, ਉਹਦੇ 'ਤੇ ਗੱਲਬਾਤ ਕਰਕੇ ਆ ਕੇ ਦੇਖ ਲਿਓ ਜਿੱਦਾਂ ਵੀ ਹੋਇਆ, ਜੋ ਵੀ ਇੱਧਰੋਂ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਬਾਈ। ਅਤੇ ਮੂਹਰੇ 6 ਪਲੇਟਾਂ ਲੱਗੀਆਂ ਹੋਈਆਂ ਨੇ ਬਾਈ, 30-30 ਕਿਲੋ ਵਾਲੀਆਂ। ਚਲੋ ਬਾਈ, ਦੂਜੇ ਨੰਬਰ 'ਤੇ ਆ ਗਏ ਅਰਜਨ, 605 DI ਬਾਈ, 19 ਮਾਡਲ ਹੈ ਜੀ ਇਹ, ਠੀਕ ਹੈ। 2019 ਇਹਦੇ ਟਾਇਰ ਟੂਰ ਬਾਈ ਨਾਲ ਦੇ ਟਾਇਰ ਨੇ, ਠੀਕ ਹੈ ਜੀ। ਲਓ ਜੀ ਬਾਈ, ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਜੀ, ਫਾਈਬਰ ਹੁੱਡ ਲੱਗੀ ਵੀ 605 ਹੈ ਜੀ, ਸਾਈਡ ਗੇਅਰ ਵਾਲਾ ਜੀ, ਠੀਕ ਹੈ ਜੀ। 16 ਦੇ ਟਾਇਰ ਨੇ ਬਾਈ, ਟਾਇਰਾਂ ਦੀ ਕੰਡੀਸ਼ਨ ਮੰਨ ਕੇ ਚਲੋ 75 ਪੈਸੇ ਦੇ ਉੱਪਰੇ ਆ, ਠੀਕ ਹੈ ਜੀ। ਪਿੱਛੋਂ ਦੇਖ ਲਓ, ਡਿਸਟ੍ਰੀਬਿਊਟਰ ਡਬਲ ਹੈ ਜੀ, ਅਤੇ ਟਰੈਕਟਰ ਸਾਰਾ ਓਰਿਜਨਲ A2Z, ਠੀਕ ਹੈ ਜੀ। ਹਿੱਸਾ ਹੁੱਸਾ ਐਨ ਪੂਰਾ ਵਧੀਆ, ਕਿਤੇ ਦੇ ਕੋਈ ਲੀਕੇਜ ਨਹੀਂ ਹੈ ਟਰੈਕਟਰ ਦੀ। ਵੇਟ ਬਾਈ ਪਿਛਲੇ 2 ਹੀ ਆ, ਫਾਈਬਰ ਵਾਲੇ ਵੇਟ ਨੇ ਬਾਈ ਇਹ, ਠੀਕ ਹੈ ਜੀ। ਅਤੇ ਉਹਦੇ ਬਾਅਦ 'ਚ ਖੜਾ ਬਾਈ 36 ਬਾਈ, ਇਹ ਕਿਹੜਾ ਮਾਡਲ ਆ ਗਿਆ ਜੀ? 2020 ਮਾਡਲ ਆ ਜੀ, ਠੀਕ ਹੈ ਜੀ। 3630 ਬਾਈ 2020 ਮਾਡਲ, ਮੁਰਲੇ ਟਾਇਰ ਬਾਈ ਦੂਜੇ ਪਏ ਨੇ ਰੇਡੀਲੇ ਨੂੰ, ਅਤੇ ਪਿਛਲੇ ਟਾਇਰ ਲਓ ਜੀ, ਇਹ ਵੀ ਪੂਰਾ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਬਾਈ। ਹੋਲੈਂਡ ਦੇ ਸਕੀਨਾਂ ਦਾ ਬਾਈ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ, ਵਧੀਆ ਟਰੈਕਟਰ ਨੇ, ਠੀਕ ਹੈ ਜੀ। ਲਓ ਇਹ ਵੀ ਪਿੱਛੋਂ ਕਰ ਲਓ ਚੈੱਕ, ਸਿਸਟਮ ਬਾਈ ਇਹਨੂੰ ਲੱਗਿਆ ਹੋਊਗਾ ਸ਼ਾਇਦ, ਅਗਲੇ ਨੇ ਖੋਲਿਆ ਹੋਊ। ਅਤੇ ਟਾਇਰਾਂ ਦੀ ਕੰਡੀਸ਼ਨ ਇਹਦੀ ਵੀ 70-75 ਪੈਸੇ ਬਾਈ ਹੈਗੀ ਆ, ਠੀਕ ਹੈ ਜੀ। ਲਓ ਜੀ ਦੇਖ ਲਿਓ, ਮਗਰਾੜਾਂ 'ਤੇ ਟੇਪ ਹੋਈ ਵੀ ਆ, ਬਾਕੀ ਉੱਦਾਂ ਟਰੈਕਟਰ ਸਾਰਾ ਓਰਿਜਨਲ ਲੱਗਦਾ ਦੇਖਣ ਨੂੰ। ਬਾਕੀ ਤੁਸੀਂ ਆ ਕੇ ਬਾਈ ਆਪਣੀ ਆਪ ਤਸੱਲੀ ਕਰਿਓ, ਆਪਾਂ ਤੁਹਾਨੂੰ ਵੀਡੀਓ ਵਿੱਚ ਐਨ ਜਾਣੀ ਕਿ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਦਿਖਾਵਾਂਗੇ ਟਰੈਕਟਰ ਸਾਰੇ। ਅਤੇ ਹਾਂਜੀ ਹਾਂ, ਲਓ ਜੀ ਬਾਕੀ ਤੁਹਾਨੂੰ ਦਿਖਾਉਣੇ ਵੀ ਚੱਲਿਆ ਚੱਲਿਆ ਚਾਬੀ ਹੈ ਨਹੀਂ ਵਿੱਚ ਬਾਈ, ਨਹੀਂ ਆਪਾਂ ਤੁਹਾਨੂੰ
ਸਟਾਰਟ ਕਰਕੇ ਵੀ ਦਿਖਾ ਦਿੰਦੇ ਹਾਂ ਇਹਦਾ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾ ਦਿੰਦੇ ਹਾਂ ਪਰ ਉਰੇ ਹੋਣਾ ਥੋੜ੍ਹੇ ਜਿਹੇ ਖੜ੍ਹੇ ਰੈਟਰ ਇਹ ਹਿਸਾਬ ਨਾਲ ਹੈ ਤਾਂ ਕਰਕੇ ਆਪਾਂ ਤੁਹਾਨੂੰ ਸਟਾਰ ਸ਼ੂਟਿੰਗ ਕਰਕੇ ਦਿਖਾ ਸਕਦੇ ਅਤੇ ਬਾਈ 241 ਕਿਹੜਾ ਆ ਗਿਆ ਜੀ 241 2012 ਠੀਕ ਹੈ ਜੀ ਠੀਕ ਹੈ ਜੀ ਬਾਈ ਟਾਇਰ ਲੱਗੇ ਵੇ ਨੇ ਟਰੈਕਟਰ ਨੂੰ 13-6-28 ਦੇ ਦੁਬਾਰਾ ਲੱਗੇ ਵੇ ਨੇ ਬਾਕੀ ਕੰਡੀਸ਼ਨ ਵਧੀਆ ਟਰੈਕਟਰ ਦੀ ਲਓ ਜੀ ਬਾਕੀ ਰੰਗ ਰੁੰਗ ਚੈੱਕ ਕਰ ਲਓ ਇਸ ਉਸ ਦਾ ਇੰਜਣ ਜਣਦਾ ਐਨ ਓਕੇ ਹੈ ਸਾਰਾ 241 ਬਾਈ ਅਤੇ ਬਾਈ ਸਿੰਪਲ ਸਟੇਅਰਿੰਗ ਵਾਲਾ ਹੀ ਹੈ ਅਤੇ ਉਹ ਤੋਂ ਬਾਅਦ ਫਿਰ ਅਰਜਨ ਖੜ੍ਹਾ ਹੈ ਇਹ ਅਰਜਨ ਬਾਈ ਕਿ 655 2022 ਮਾਡਲ ਠੀਕ ਹੈ ਜੀ ਇਹਦੇ ਟਾਇਰ ਬਾਈ ਨਾਲ ਦੇ ਟਾਇਰ ਤਾਂ ਜਮ੍ਹਾਂ ਹੀ ਨਵੇਂ ਹੀ ਪਏ ਹੈ ਨਾ ਜੀ ਇਹ ਤਾਂ ਬਾਈ ਸਮਝ ਲਓ ਜਮ੍ਹਾਂ ਹੀ ਸ਼ੋਰੂਮ ਕੰਡੀਸ਼ਨ ਹੈ ਟਰੈਕਟਰ ਆ ਜੀ ਠੀਕ ਆ ਟਾਇਰਾਂ ਦੇਖ ਲਓ MRF ਵੀ ਨਹੀਂ ਕਿਤੇ ਮਿਟਿਆ ਦੇਖੋ ਉੱਦਾਂ ਹੀ ਉੱਦਾਂ ਉੱਦਾਂ ਲਿਖਿਆ ਬਾਈ ਪਹਿਲਾਂ ਮੈਨੂੰ ਡਾਊਟ ਸੀ ਮੈਂ ਸ਼ਾਇਦ ਦੁਬਾਰਾ ਨਾ ਪਏ ਹੁਣ ਪਰ ਨਹੀਂ ਬਾਈ ਕਹਿੰਦਾ ਵੀ ਨਾਲ ਦੇ ਆ ਸਭ ਕੁਛ ਠੀਕ ਹੈ ਜੀ ਪੂਰਾ ਜਮ੍ਹਾਂ ਹੀ ਜਿੱਦਾਂ ਸ਼ੋਰੂਮ 'ਚੋਂ ਟਰੈਕਟਰ ਆਇਆ ਉੱਦਾਂ ਹੀ ਖੜ੍ਹਾ ਬਾਈ ਠੀਕ ਹੈ ਜੀ ਅਤੇ ਸਾਈਡ ਗੇਅਰ ਦੇ ਵਿੱਚ ਆ ਬਾਈ ਇਹ ਡਬਲ ਡਿਸਟ੍ਰੀਬਿਊਟਰ ਲੱਗਿਆ ਬਾਈ ਲਓ ਜੀ ਉਹਦੇ ਬਾਅਦ ਆ ਗਿਆ 855 ਜੀ 855 ਦੇ ਬਾਈ ਬਹੁਤ ਵੀਰ ਫੈਨ ਨੇ ਜੀ ਬਾਈ ਆਹ 55 ਮਾਡਲ ਜੀ 2019 ਜੀ ਠੀਕ ਆ ਇਹਦੇ ਟਾਇਰ ਨਾਲ ਦੇ ਬਾਈ ਠੀਕ ਆ ਜੀ 2019 ਮਾਡਲ ਆ ਬਾਈ 55 4 ਸਟਾਰ ਵਾਲਾ ਬਾਈ ਇਹਦੇ ਵਿੱਚ ਇੱਕ ਤੁਹਾਨੂੰ ਪਤਾ ਵੀ 5 ਸਟਾਰ ਵੀ ਆਉਂਦਾ ਜਿਹਨੂੰ ਸਾਈਡ ਦੇ IPT ਆਉਂਦਾ ਇਹ ਸਿੰਪਲ ਆ 4 ਸਟਾਰ ਵਾਲਾ ਠੀਕ ਹੈ ਜੀ ਸੈਂਟਰ ਗੇਅਰ ਵਾਲਾ ਜੀ ਠੀਕ ਆ ਜੀ ਕੰਡੀਸ਼ਨ ਇਹਦੀ ਵੀ ਪੂਰੀ ਵਧੀਆ ਹੈ ਆਹ ਬਾਈ PB 27 ਇਹ 2022 ਹਾਈ ਲੋ ਮੀਡੀਅਮ ਵਾਲਾ ਠੀਕ ਹੈ ਜੀ 290 ਬਾਈ ਆ 2022 ਮਾਡਲ ਆ ਗਿਆ ਜੀ ਸਿਰਫ 290 ਘੰਟੇ ਚੱਲਿਆ ਵਾ ਜੀ ਇਹ ਸਾਈਡ ਗੇਅਰ ਦੇ ਵਿੱਚ ਆ ਗਿਆ 3 ਸਪੀਡਾਂ ਵਾਲਾ ਜੀ ਠੀਕ ਹੈ ਜੀ ਤੁਹਾਨੂੰ ਪਤਾ ਜਿਹੜਾ ਸਾਈਡ ਗੇਅਰ ਆਉਂਦਾ ਉਹੀ ਆਉਂਦਾ 3 ਸੈਂਟਰ ਗੇਅਰ ਦਾ 2 ਸਪੀਡਾਂ 'ਚ ਆਉਂਦਾ ਜੀ ਠੀਕ ਹੈ ਜੀ ਟਾਇਰਾਂ ਦੀ ਬਾਈ ਕੰਡੀਸ਼ਨ ਮੰਨ ਕੇ ਚਲੋ 95 ਪੈਸੇ ਨਾਲ ਦੀ ਉਹ ਖੜ੍ਹੀ ਆ ਜੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਕੰਡੀਸ਼ਨ ਜੇ ਕਿਸੇ ਨੇ ਬਾਈ ਪੁਰਾਣੀ ਸ਼ੋਅ ਵਾਲਾ 855 ਲੈਣਾ ਕੋਈ ਵੀ ਚਾਹਵਾਨ ਆ ਤਾਂ ਬਾਈ ਨਾ ਕੋਲ ਘੱਟ ਤੋਂ ਘੱਟ ਵੀ 6-7-8 ਟਰੈਕਟਰ ਖੜ੍ਹੇ ਹੋਣਗੇ 855 ਜੀ ਠੀਕ ਹੈ ਜੀ ਆ ਕੇ ਦੇਖ ਲਿਓ ਸਿਰਫ ਆਹ ਟਰੈਕਟਰ ਤਾਂ ਬਾਈ ਕਹਿੰਦਾ ਸਿਰਫ 290 ਘੰਟੇ ਚੱਲਿਆ ਵਾ ਠੀਕ ਹੈ ਜੀ ਅਤੇ ਨੰਬਰ ਵੀ ਬਾਈ ਆਪਣਾ ਲੋਕਲ ਆ ਖੈੜ ਦਾ ਨੰਬਰ ਆ PB 27 ਅਤੇ ਉਹਨੂੰ ਪਤਾ ਜਿਹੜੇ ਖੈੜ ਦੇ ਆਪਣੇ ਮੋਹਾਲੀ ਦੇ ਟਰੈਕਟਰ ਹੁੰਦੇ ਨੇ ਤਾਂ ਵੀ ਘੱਟ ਚੱਲੇ ਵੀ ਹੁੰਦੇ ਨੇ ਕਿਉਂਕਿ ਉੱਧਰ ਬਸ ਲੋਕਾਂ ਨੇ ਸ਼ੌਂਕ ਨੂੰ ਟਰੈਕਟਰ ਲਏ ਹੋਏ ਸੀ ਅਤੇ ਬਾਕੀ ਆਪਣੀ ਆ ਕੇ ਤਸੱਲੀ ਕਰ ਲਿਓ ਟਰੈਕਟਰ ਦੀ ਅਤੇ ਆਪਾਂ ਜਿੰਨੇ ਵੀ ਤੁਹਾਨੂੰ ਟਰੈਕਟਰ ਦਾ ਜਿੰਨੇ ਵੀ ਬਾਈ ਆਪਾਂ ਤੁਹਾਨੂੰ ਟਰੈਕਟਰ ਵੀਡੀਓ ਦੇ ਵਿੱਚ ਦਿਖਾਏ ਨੇ ਇਹਨਾਂ ਦਾ ਮੈਂ ਬਾਈ ਦਾ ਥੱਲੇ ਨੰਬਰ ਮੈਂਸ਼ਨ ਕਰੂੰਗਾ ਜੀ ਉਹ ਸਾਹਮਣੇ ਦਿਖ ਰਿਹਾ ਅਤੇ ਬਹੁਤ ਵੀਰ ਉਹਦੇ ਵੀਡੀਓ ਬਣਾ ਕੇ ਲਿਖੇ ਜਾਂਦੇ ਨੇ ਬਾਈ ਕਿਉਂਕਿ ਰੇਟ ਕਈ ਬਾਈ ਦੱਸਦੇ ਨੇ ਬਾਈ ਕਹਿੰਦਾ ਬਾਈ ਦਿੱਕਤ ਬਹੁਤ ਆਉਂਦੀ ਬਾਅਦ ਵਿੱਚ ਜੇ ਆਪਾਂ ਰੇਟ ਦੱਸਦੇ ਹਾਂ ਸੋ ਕੋਈ ਵੀ ਮੇਰਾ ਵੀਰ ਬਾਈ ਮਾਇੰਡ ਨਾ ਕਰੋ ਵੀ ਰੇਟ ਨਹੀਂ ਦੱਸਿਆ ਜਿਹਨੂੰ ਵੀ ਜਿਹੜਾ ਟਰੈਕਟਰ ਪਸੰਦ ਆ ਉਹ ਟਰੈਕਟਰ ਦੀ ਦਾ ਮਾਡਲ ਦੱਸ ਕੇ ਬਾਈ ਆਹ ਟਰੈਕਟਰ ਦੇਖਿਆ ਸੀ ਵੀਡੀਓ ਵਿੱਚ ਬਾਈ ਨਾਲ ਰੇਟ ਦੀ ਗੱਲਬਾਤ ਕਰ ਲਿਓ ਠੀਕ ਹੈ ਜੀ ਕੋਈ ਗੱਲ ਨਹੀਂ ਬਾਈ ਜੇ ਤੁਹਾਨੂੰ ਟਰੈਕਟਰ ਵਧੀਆ ਲੱਗਿਆ ਤੁਸੀਂ ਲੈਣ ਆਉਂਗੇ ਟਰੈਕਟਰ ਤਾਂ ਤੁਸੀਂ ਮੇਰਾ ਨੰਬਰ ਸਭ ਕੋਲ ਹੈਗਾ ਹੀ ਆ ਬਾਈ ਗੱਲਬਾਤ ਕਰਵਾ ਦਿਓ ਤੁਹਾਨੂੰ ਆਪਾਂ ਵਧੀਆ ਬਾਈ ਦੇ ਜਾਇਜ਼ ਰੇਟ ਨਾਲ ਟਰੈਕਟਰ ਦਵਾਉਂਗੇ ਅਤੇ ਬਾਕੀ ਟਰੈਕਟਰ ਤੋਂ ਇਲਾਵਾ ਹੋਰ ਵੀ ਅੰਦਰ ਖੜ੍ਹੇ ਨੇ ਬਾਈ ਉਹ ਵੀ ਤੁਹਾਨੂੰ ਇੱਕ ਵਾਰ ਮੋਟੇ ਮੋਟੇ ਦਿਖਾ ਦੇਣੇ ਵੀਡੀਓ ਦੇ ਵਿੱਚ ਜੇ ਆਪਾਂ ਕਿਉਂਕਿ ਟਰੈਕਟਰ ਅਤੇ ਲੋ ਬਾਈ ਅੰਦਰ ਆ ਗਏ ਸ਼ੋਅਰੂਮ ਦੇ ਟਰੈਕਟਰ ਉਰੇ ਵੀ ਖੜ੍ਹੇ ਨੇ ਫਾਰਮ ਟਰੈਕ 45 ਆ ਗਿਆ ਜੀ ਲਓ ਜੀ ਸੁਪਰ ਮੈਕਸ ਕਲਾਸਿਕ ਠੀਕ ਹੈ ਜੀ ਜਮ੍ਹਾਂ ਹੀ ਨਵਾਂ ਹੀ ਟਰੈਕਟਰ ਪਿਆ ਬਾਈ ਮਾਡਲ 17 ਜੀ ਅਤੇ ਟਾਇਰ ਟੂਰ ਵਧੀਆ ਨੇ ਟਰੈਕਟਰ ਦੇ 70 ਪੈਸੇ ਟਾਇਰ ਹੋਊਗੇ ਬਾਈ 70-75 ਪੈਸੇ ਟਾਇਰ ਵੀ ਬਾਈ ਨਾਲ ਦੇ ਨੇ ਨਾਲ ਦਾ ਹੀ ਮਾਰਕ ਆ ਟਾਇਰਾਂ 'ਤੇ ਕੰਡੀਸ਼ਨ ਬਿਲਕੁਲ ਸਾਫ਼ ਹੈ ਲਓ ਜੀ ਫਾਰਮ ਟਰੈਕ 45 ਜੇ ਕੋਈ ਸ਼ੌਕੀਨ ਹੋਇਆ ਬਾਈ ਫਾਰਮ ਟਰੈਕ ਦਾ ਤਾਂ ਆ ਕੇ ਦੇਖ ਸਕਦਾ
ਆਪਾਂ ਦਿਖਾ ਵੀ ਦਿੰਦੇ ਚਾਬੀ ਵਿੱਚ ਹੋਈ ਕਿੰਨਾ ਚੱਲਿਆ ਵਾ 1500 ਘੰਟੇ ਚੱਲਿਆ ਬਾਈ ਸਿਰ 1500 ਘੰਟੇ ਚੱਲਿਆ ਵਾ ਬਾਈ ਟਰੈਕਟਰ ਇਹ ਲਓ ਜੀ ਕਰੋ ਕੰਡੀਸ਼ਨ ਚੈੱਕ ਪਿੱਛੋਂ ਵੀ ਮਾਰ ਲਓ ਬਾਈ ਨਹੀਂ ਗੱਲ ਹੋ ਜੀ ਪੂਰਾ ਓਕੇ ਟਰੈਕਟਰ ਐਨ ਪੂਰਾ ਸ਼ੌਕੀਨ ਠੀਕ ਹੈ ਜੀ ਅਤੇ ਅਰਜਨ ਖੜਾ ਬਾਈ ਅਰਜਨ ਵੀ ਵਧੀਆ ਟਾਇਰ ਟੱਪਾ ਵਧੀਆ ਬਾਈ 16 ਦੇ ਟਾਇਰ ਆ 605 ਹੈ ਜੀ ਇਹ ਅਰਜਨ 605 ਨੰਬਰ PB 65 ਆ ਬਾਈ ਮੋਹਾਲੀ ਦਾ ਬਾਕੀ ਅੰਦਰ ਨੂੰ ਆ ਜਾਓ ਬਾਈ ਤੁਹਾਨੂੰ ਅੰਦਰ ਦਿਖਾਉਂਦੇ ਹਾਂ ਟਰੈਕਟਰ ਤਾਂ ਬਾਈ ਇੰਨੇ ਉਰੇ ਵੀ ਜੇ ਵੀਡੀਓ ਬਣਾਉਣ ਲੱਗ ਗਏ ਤਾਂ ਸਮਝ ਲਓ 2 ਘੰਟੇ ਦੀ ਵੀਡੀਓ ਬਣ ਜਾਣੀ ਆ ਵੀ ਤੁਸੀਂ ਦੇਖਣੀ ਨਹੀਂ ਹੈ ਐਡੀ ਲੰਬੀ ਤਾਂ ਕਰਕੇ ਆਪਾਂ ਮੋਟੇ ਮੋਟੇ ਦਿਖਾ ਦੇਣੇ ਸਾਰੀ 52-45 ਖੜਾ ਬਾਈ ਮਹਾਂ ਮਹਾਨ ਅਤੇ ਟਾਇਰਾਂ ਦੀ ਕੰਡੀਸ਼ਨ ਤਾਂ ਬਾਈ 40 ਪੈਸੇ ਆ ਪਿਛਲੇ 40-45 ਪੈਸੇ ਟਰੈਕਟਰ ਵਧੀਆ ਬਾਈ ਜੀ ਮਾਡਲ ਬਾਈ 2014 ਹੈ 2014 ਮਾਡਲ ਆ ਟਰੈਕਟਰ ਸੋਹਣਾ ਹੈ ਟਰੈਕਟਰ ਹੈਵੀ ਓਰੀਜਨਲ ਬਾਈ ਅਤੇ ਉਹਦੇ ਬਾਅਦ 575 ਆ ਗਏ ਜੀ ਨਵੇਂ ਟਾਇਰਾਂ ਦੇ ਵਿੱਚ ਜਮਾਂ ਹੀ ਨਵੇਂ ਟਾਇਰ ਆ ਬਾਈ BKT ਦੇ ਪਏ ਵੇ ਪਾਵਰ ਸਟੇਅਰਿੰਗ ਵਾਲਾ ਜੀ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2013 ਠੀਕ ਹੈ ਜੀ ਯੂ ਪਾਈਪ ਲੱਗਿਆ ਹੋਇਆ ਅਤੇ ਬਾਕੀ ਗੱਲ ਕਰੀਏ ਟਰੈਕਟਰ ਦੀ ਕੰਡੀਸ਼ਨ ਦੀ ਕੰਡੀਸ਼ਨ ਟਰੈਕਟਰ ਦੀ ਠੀਕ ਆ ਤੁਹਾਨੂੰ ਰੀਡਿੰਗ ਵੀ ਦੱਸ ਦਿੰਦੇ ਬਾਈ 3000 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ 3000 ਘੰਟਾ ਚੱਲਿਆ ਵਾ 575 ਦੇ ਵੀ ਬਹੁਤ ਸ਼ੌਕੀਨ ਆ ਬਾਈ ਸਾਡੇ ਦਾ ਨਵਾਂ ਸ਼ਹਿਰ ਏਰੀਆ ਬਲਾਚੌਰ ਏਰੀਆ ਇੱਧਰ 575 ਬਹੁਤ ਚੱਲਦਾ ਠੀਕ ਹੈ ਜੀ ਲਓ ਜੀ ਪਿੱਛੋਂ ਵੀ ਗੱਲ ਕੰਡੀਸ਼ਨ ਚੈੱਕ ਡਬਲ ਕਲੱਚ ਹੈ ਜੀ ਇਹ 45 HP 'ਚ ਆ ਜਾਂਦਾ ਬਾਈ ਪਰ ਟਰੈਕਟਰ ਬਹੁਤ ਵਧੀਆ ਹਰੇਕ ਪੱਖ ਨੂੰ ਕਾਮਯਾਬ ਹੈ ਟਰੈਕਟਰ ਦਾ ਖਰਚਾ ਵੀ ਘੱਟ ਹੈ ਠੀਕ ਹੈ ਜੀ ਅਤੇ ਮਤਲਬ ਕਿ ਟਰੈਕਟਰ ਦੀ ਮਾਰਕੀਟ ਵੀ ਬਹੁਤ ਹੈ ਲਓ ਜੀ ਉਹ ਤੋਂ ਬਾਅਦ ਖੜਾ ਬਾਈ 963 5-star ਸੈਡ ਕਲੱਚ IPTO ਵਾਲਾ ਠੀਕ ਹੈ ਜੀ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ 80 ਪੈਸੇ ਟਾਇਰ ਹੋਣਗੇ ਬਾਈ ਟਰੈਕਟਰ ਦੇ ਮੁਰਲੇ ਟਾਇਰ ਮੰਨ ਕੇ ਚੱਲੋ 70 ਪੈਸੇ ਹੋਣਗੇ PV06 ਨੰਬਰ ਹੈ ਟਰੈਕਟਰ ਦਾ ਪੂਰਾ ਵਧੀਆ ਟਰੈਕਟਰ ਐਨ ਕੋਕਾ ਪੀਸ 963 ਬਾਈ ਜਿਹਨੇ ਕੰਮ ਕਰਨ ਵਾਸਤੇ ਲੈਣਾ ਇਹ ਟਰੈਕਟਰ ਥੋੜ੍ਹਾ ਰੇਟ ਵਿੱਚ ਮਿਲ ਜਾਣੀ ਕਿ 855 ਨਾਲੋਂ ਥੋੜ੍ਹਾ ਬਹੁਤਾ ਘੱਟ ਮਿਲ ਜਾਂਦਾ ਇਹ ਉਹਦੇ ਨਾਲੋਂ ਮਹਿੰਗਾ ਤੁਹਾਨੂੰ ਪਤਾ ਹੈ ਅਤੇ ਜੇ ਕੋਈ 963 ਦਾ ਚਾਹਵਾਨ ਹੋਇਆ ਤਾਂ ਉਹ ਵੀ ਦੇਖ ਸਕਦਾ ਬਾਈ ਲਓ ਜੀ ਬਾਈ ਇੱਕ ਫਾਰਮ ਟਰੈਕ ਹੋਰ ਆ ਗਿਆ ਜੀ ਫਾਰਮ ਟਰੈਕ 60 ਕਲਾਸਿਕ ਹੈ ਜੀ ਇਹ ਟਰੈਕਟਰ ਪੂਰਾ ਸ਼ੌਕੀਨ ਹੈ ਛੱਤਰੀ ਬਾਈ ਦੂਜਿਓ ਲੱਗੀ ਹੋਈ ਯੂ ਪੈਪ ਵੀ ਨਾਲ ਲੱਗਿਆ ਹੋਇਆ ਠੀਕ ਹੈ ਜੀ ਟਰੈਕਟਰ ਦੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ ਤਾਂ ਮਾਡਲ ਹੈਗਾ 17 ਜੀ 17 ਮਾਡਲ ਹੈ ਬਾਈ ਕਲਾਸਿਕ ਮੁਰਲੇ ਟਾਇਰ ਬਾਈ ਦੇਖੋ ਦੂਏ ਪਏ ਹੋਏ ਰੇਡੀਅਲ ਅਤੇ ਟਾਇਰ ਬਾਈ ਨਾਲ ਦੇ ਹੋਣਗੇ ਟਰੈਕਟਰ ਦੇ 60-65 ਪੈਸੇ ਟਰੈਕਟਰ ਦੇ ਟਾਇਰ ਹੋਣਗੇ ਜੀ ਟਰੈਕਟਰ ਬਾਈ ਓਰੀਜਨਲ ਹੈ ਸਾਰਾ ਹੀ 17 ਮਾਡਲ ਕਲਾਸਿਕ ਲਓ ਜੀ ਫਾਰਮ ਟਰੈਕ ਦੇ ਬਾਈ ਆਪਣੇ ਕੋਲੋਂ ਤੁਹਾਨੂੰ ਪਤਾ ਦੋ ਤਿੰਨ ਚਾਰ ਮਹੀਨੇ ਕੋਈ ਉੱਚਾ ਮਾਡਲ ਆਇਆ ਨਹੀਂ ਹੈ ਟਰੈਕਟਰ ਪਰ ਬਾਈ ਕੋਲ ਉਰੇ 2-3 ਖੜੇ ਨੇ ਜੇ ਕੋਈ ਹੋਇਆ ਸ਼ੌਕੀਨ ਆ ਕੇ ਦੇਖ ਲਿਓ ਬਾਈ ਰੇਟ ਦੀ ਟੈਨਸ਼ਨ ਨਾ ਕਰਿਓ ਟਰੈਕਟਰ ਆ ਕੇ ਪਸੰਦ ਕਰ ਲਿਓ ਬਾਈ ਕੋਲ ਰੇਟ ਦਾ ਆਪਾਂ ਬਾਈ ਨਾਲ ਤੁਹਾਡਾ ਕਰਾ ਦਾਂਗੇ ਜਿੰਨਾ ਵੀ ਹੋ ਸਕਿਆ ਜੀ ਉਹਦੇ ਬਾਅਦ ਅਰਜਨ ਆ ਗਿਆ ਜੀ 555 ਬਾਈ 14 ਟਾਇਰਾਂ ਵਾਲਾ PV20 ਨੰਬਰ ਹੈ ਜੀ ਠੀਕ ਹੈ ਜੀ ਟਰੈਕਟਰ ਵਧੀਆ ਬਾਈ ਸ਼ੌਕੀਨ ਹੈ ਟਾਇਰਾਂ ਦੀ ਗੱਲ ਕਰੀਏ 70-75 ਪੈਸੇ ਟਾਇਰ ਹੋਣਗੇ ਬਾਈ 4 ਠੀਕ ਹੈ ਜੀ ਅਤੇ ਬਾਈ ਸੈਂਟਰ ਗੇਅਰ ਵਾਲਾ ਇਹ ਕਈ ਵੀਰ ਸ਼ੌਕੀਨ ਨੇ ਸੈਂਟਰ ਗੇਅਰ ਵਾਲੇ ਅਰਜਨ ਦੇ ਸੈਂਟਰ ਗੇਅਰ ਵਾਲਾ ਅਰਜਨ ਹੈ ਟਰੈਕਟਰ ਪੂਰਾ ਸਾਫ਼ ਹੈ ਬਾਈ ਐਨ ਜਿਹਨੇ ਵੀ ਲੈਣਾ ਹੋਇਆ ਆ ਕੇ ਦੇਖ ਲਿਓ ਅਤੇ ਆਪਣੀ ਤਸੱਲੀ ਕਰਿਓ ਬਾਈ ਆ ਕੇ ਪਹਿਲਾਂ ਪੂਰੀ ਚਲਾ ਕੇ ਦੇਖ ਲਿਓ ਪੂਰੀ ਤੁਹਾਨੂੰ ਪਤਾ ਵੀ ਟਰੈਕਟਰ ਵੀ
ਜਿੰਨੇ ਵੀ ਬਾਈ ਵਪਾਰੀ ਵੀਰਾਂ ਕੋਲ ਟਰੈਕਟਰ ਆਏ ਵੇ ਨੇ, ਸਭ ਤੋਂ ਵੀ ਸਮਝ ਲਓ ਜ਼ਿਮੀਦਾਰਾਂ ਕੋਲੋਂ ਚੱਲੇ ਵੇ ਆਉਂਦੇ ਨੇ, ਉਹੀ ਭਰੋਸੇ 'ਤੇ ਵਪਾਰੀ ਬੰਦਾ ਕਹਾਂ ਟਰੈਕਟਰ ਦੇ ਦਿੰਦਾ। ਠੀਕ ਹੈ ਜੀ, ਜੋ ਵੀ ਰੇਟ ਦੀ ਗੱਲਬਾਤ ਆਪਣੀ ਆ ਕੇ ਕਰ ਲਿਓ, ਟਰੈਕਟਰ ਤੁਹਾਨੂੰ ਜਾਇਜ਼ ਰੇਟ 'ਚ ਦਵਾ ਦਾਂਗੇ। ਇਹ ਗੱਲ ਦੀ ਆਪਣੀ ਤਸੱਲੀ ਹੈ ਜੀ। 750 ਖੜਾ ਜੀ ਆਰ ਐਕਸ, ਅਤੇ ਗੱਲ ਕਰੀਏ ਬਾਈ ਮਾਡਲ ਦੀ, ਮਾਡਲ ਹੈਗਾ 14 ਪਾਵਰ ਸਟੇਅਰਿੰਗ ਹੈ ਜੀ, ਟਾਇਰ ਟੱਪਾ ਵਧੀਆ ਬਾਈ, 70-75 ਦਾ ਜੇ ਟਾਇਰ ਹੋਣਗੇ ਟਰੈਕਟਰ ਦੇ। ਕੰਡੀਸ਼ਨ ਤੁਹਾਡੇ ਸਾਹਮਣੇ ਇਹਦੀ, 475 ਆ ਗਿਆ ਜੀ ਇਹਦੇ ਬਾਅਦ 'ਚ, ਵਧੀਆ ਟਾਇਰ ਆ ਬਾਈ ਟਰੈਕਟਰ ਦੇ। ਲਓ ਜੀ 475 ਡੀ ਆਈ ਬਾਈ, ਅਰਜਨ ਖੜਾ ਨੋਵੋ ਡੀ ਆਈ, ਇਹ ਉੱਚਾ ਮਾਡਲ ਹੈ ਬਾਈ ਇਹ ਵੀ ਟਰੈਕਟਰ, ਜਾਂ ਬਾਈ ਨਵਾਂ ਹੀ ਆ ਇਹ ਤਾਂ ਬਾਈ, ਮੈਨੂੰ ਲੱਗਦਾ ਨਵਾਂ ਹੀ ਟਰੈਕਟਰ ਹੈ ਇਹ, ਸੈਕਿੰਡ ਹੈਂਡ ਹੀ ਇਹ ਨਵਾਂ ਹੀ ਆ। ਲਓ ਜੀ ਕਰੋ ਚੈੱਕ, ਜਿਵੇਂ ਬਾਈ ਆਪਣੇ ਕੋਲ ਖੜਾ ਸੀ ਨਵਾਂ ਟਰੈਕਟਰ, ਉਹੀ ਸਮਝ ਲਓ ਉਹੀ ਸੀਨ ਆ ਸੇਮ ਇਹਦਾ। ਠੀਕ ਹੈ ਜੀ, ਇਹ ਮਤਲਬ ਕਿ ਸਿੱਧਾ ਟਰੈਕਟਰ ਦੀ ਮੇਰੇ ਹਿਸਾਬ ਨਾਲ ਆਰ ਸੀ ਬਣੀ ਹੋਊਗੀ ਤੁਹਾਡੇ ਨਾਲ, ਸੈਕਿੰਡ ਡਾਊਨ ਦਾ ਚੜੂਗਾ ਟਰੈਕਟਰ ਇਹ। ਉਹਦੇ ਬਾਅਦ 'ਚ ਬਾਈ ਪਿਆ ਪਿਆ ਡੀ ਆ ਗਿਆ ਜੀ, PV03 ਨੰਬਰ, ਜਮ੍ਹਾਂ ਹੀ ਨਵਾਂ ਟਰੈਕਟਰ ਹੈ ਇਹ ਬਾਈ, 4-wheel ਵਾਲਾ ਨਾਲੇ। ਠੀਕ ਹੈ ਜੀ, 4-wheel ਵਾਲਾ 50-50 ਡੀ AB ਗੇਅਰ ਦੇ ਵਿੱਚ ਟਰੈਕਟਰ, ਜਮ੍ਹਾਂ ਹੀ ਨਵਾਂ, ਤੁਹਾਨੂੰ ਦੱਸ ਦਿੰਦੇ ਕਿੰਨਾ ਚੱਲਿਆ ਵਾ ਬਾਈ ਟਰੈਕਟਰ ਬਾਈ, ਇਹ ਕਦਾ ਪੰਗਾ ਸਟਾਰਟ ਕਰੇ ਤਾਂ ਇਹ ਹੁੰਦਾ ਹੈ। PV03 ਨੰਬਰ ਹੈ, ਟਾਇਰ ਟੂਰ ਬਾਈ ਮੰਨ ਕੇ ਚਲੋ 70 ਪੈਸੇ ਟਾਇਰ ਹੋਣਗੇ, ਮੁਰਲੇ ਦਾ ਵੱਧ ਹੈ ਬਾਈ। ਠੀਕ ਹੈ ਜੀ, ਪੂਰਾ ਸ਼ੋਰੂਮ ਕੰਡੀਸ਼ਨ ਵਾਲਾ ਟਰੈਕਟਰ ਹੈ 50-50 ਡੀ। ਅਤੇ ਉਹਦੇ ਬਾਅਦ 'ਚ ਬਾਈ ਫਿਰ 265 ਆ ਖੜਾ ਡੀ ਆਈ ਟਰੈਕਟਰ, ਠੀਕ ਹੈ ਇਹ ਬਾਈ, ਘੱਟ ਰੇਟ ਵਾਲੇ ਨੇ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ, 1.5-2 ਲੱਖ ਦੀ ਰੇਂਜ ਵਾਲਾ ਟਰੈਕਟਰ ਹੋਊਗਾ ਜੀ ਇਹ। ਠੀਕ ਹੈ ਜੀ, ਉਹਦੇ ਬਾਅਦ 'ਚ 475 ਆ ਗਿਆ ਬਾਈ, 475 ਖੜਾ 20 ਮਾਡਲ XP ਪਲੱਸ, ਜਮ੍ਹਾਂ ਹੀ ਨਵਾਂ ਹੀ ਆ ਬਾਈ, ਸ਼ੋਰੂਮ ਹੈ ਕੰਡੀਸ਼ਨ। ਟਾਇਰਾਂ ਦੀ ਗੱਲ ਕਰੀਏ ਬਾਈ, 90 ਪੈਸੇ ਟਾਇਰ ਹੋਊਗੇ ਟਰੈਕਟਰ ਦੇ ਨਾਲ ਦੇ। ਠੀਕ ਹੈ ਜੀ, ਤੁਹਾਨੂੰ ਰੀਡਿੰਗ ਦੱਸ ਦਿੰਦੇ ਬਾਈ ਇਹਦੀ, ਬਾਈ ਕੁਛ ਹੈ ਹਨੇਰਾ ਉਰੇ ਕੁਛ ਨਹੀਂ ਦਿਖ ਰਿਹਾ, ਲਾਈਟਾਂ ਵੀ ਨਹੀਂ ਬਲਦੀਆਂ, ਜੇ ਆਪਾਂ ਟਰੈਕਟਰ ਤੁਹਾਨੂੰ ਬਾਹਰ ਕੱਢ ਕੇ ਦਿਖਾਉਣ ਲੱਗ ਗਏ ਫਿਰ ਊਂ ਟਾਈਮ ਬਹੁਤ ਲੱਗ ਜਾਣਾ, ਮੈਨੂੰ ਵੀ ਥੋੜ੍ਹੀ ਜਿਹੀ ਕਾਲੀ, ਆਪਾਂ ਨੇ ਵੀ ਜਾਣਾ ਹੈ। ਅਤੇ ਵਧੀਆ ਟਰੈਕਟਰ ਆ ਬਾਈ, ਜੇ ਕਿਸੇ ਦਾ ਨਵਾਂ ਲੈਣ ਦਾ ਮਨ ਹੈ 475 ਤਾਂ ਟਰੈਕਟਰ ਆ ਕੇ ਲੈ ਲਿਓ, ਦੁਬਾਰਾ ਫਾਰਮ ਟਰੈਕ 45 ਆ ਗਿਆ ਜੀ। ਠੀਕ ਹੈ, ਟਰੈਕਟਰ ਦਾ ਬਾਈ ਮੰਨ ਕੇ ਚਲੋ ਤੁਹਾਨੂੰ ਛੋਟੀ ਦੇ ਰਕਮ ਲੈ ਕੇ ਅਤੇ ਬੜੇ ਤੱਕ ਸਾਰੇ ਟਰੈਕਟਰ ਮਿਲ ਜਾਣਗੇ ਜੀ। ਠੀਕ ਹੈ, ਬਾਕੀ ਤੁਹਾਨੂੰ ਜਿਹੜੇ ਬਾਹਰ ਖੜ੍ਹੇ ਤੁਹਾਨੂੰ ਆਪਣੇ ਉਹ ਵੀ ਦਿਖਾ ਤੇ ਸਾਰੇ, ਕੁਛ ਆਹ ਖੜ੍ਹੇ ਨੇ। ਠੀਕ ਹੈ ਜੀ, 1-2 ਟਰੈਕਟਰ ਇੱਧਰ ਖੜ੍ਹੇ, ਉਹ ਵੀ ਉਹਨਾਂ 'ਤੇ ਵੀ ਨਿਗਾਹ ਮਾਰ ਲਓ ਬਾਈ। ਲਓ ਜੀ 50-50 ਹੀ ਖੜ੍ਹਾ ਇੱਧਰ, ਲਓ ਜੀ ਕਰੋ ਚੈੱਕ, ਨਵਾਂ ਸ਼ੋਰੂਮ ਬਣ ਰਿਹਾ ਬਾਈ ਸਾਰਾ ਟਰੈਕਟਰਾਂ ਵਾਸਤੇ ਜੀ, 50-50 ਹੀ ਖੜ੍ਹਾ ਹੈ, ਵਧੀਆ ਟਰੈਕਟਰ ਹੈ, PV08 ਨੰਬਰ ਆ ਬਾਈ ਜਲੰਧਰ ਦਾ। ਠੀਕ ਹੈ ਜੀ, ਮਾਡਲ 14 ਹੈ, 2014 ਮਾਡਲ ਆ ਬਾਈ, ਟਾਇਰ ਟੂਰ ਓਕੇ ਹੈ ਨਾ, 60-65 ਪੈਸੇ ਕੰਡੀਸ਼ਨ ਹੋਊਗੀ ਟਾਇਰਾਂ ਦੀ, ਸਿਸਟਮ ਵੀ ਲੱਗਿਆ ਹੋਇਆ ਬਾਈ ਨਾਲ, 16 ਦੇ ਟਾਇਰ ਹੈ, ਪੂਰਾ ਸ਼ਕੀਨ ਟਰੈਕਟਰ ਹੈ ਨਾ, 50-50 ਅਪੋਲੋ ਦੇ ਟਾਇਰ ਆ ਬਾਈ, 16-28 ਦੇ। ਠੀਕ ਹੈ ਜੀ, ਉਹਦੇ ਬਾਅਦ 'ਚ ਆ ਗਿਆ ਬਾਈ 56-20, ਲਓ ਜੀ ਕਰੋ ਚੈੱਕ, 4-wheel ਡਰਾਈਵ ਵਾਲਾ ਬਾਈ, 56-20 ਪਲੱਸ, BKT ਦੇ ਟਾਇਰ ਆ ਬਾਈ। ਅਤੇ ਟਾਇਰਾਂ ਦੀ ਗੱਲ ਕਰੀਏ ਤਾਂ 70 ਪੈਸੇ ਟਾਇਰ ਹੋਣਗੇ ਟਰੈਕਟਰ ਦੇ, ਮੁਰਲੇ ਟਾਇਰ ਵੀ ਬਾਈ BKT ਦੇ ਪਏ ਹੋਏ ਨੇ। ਲਓ ਜੀ ਫੈਬਰਹੁੱਡ ਬਾਈ, ਤਾਂ ਇਹਨੂੰ ਨਾਲੇ ਆਉਂਦੀ ਬਾਈ ਟਰੈਕਟਰਾਂ ਨੂੰ, ਪੂਰਾ ਸ਼ਕੀਨ ਟਰੈਕਟਰ ਹੈ ਨਾ, ਕੰਫਰਟ ਅਸਿਓਰਡ। ਤੁਹਾਨੂੰ ਪਤਾ ਬਾਈ ਹੁਣ ਇਹ ਟਰੈਕਟਰ ਵੀ CRD ਇੰਜਣ ਦੇ ਵਿੱਚ ਆ ਰਹੇ ਨੇ, ਜੇ ਕੋਈ ਬਾਈ ਪੁਰਾਣੇ ਇੰਜਣ ਵਾਲਾ ਜਿਹੜਾ ਪਹਿਲਾਂ ਆਉਂਦੇ ਉਹ ਟਰੈਕਟਰ, ਹੁਣ ਇਹ ਆਏ ਨਹੀਂ ਹੈਗਾ ਵੀ ਮਿਲਦੇ ਨਹੀਂ ਹੈਗੇ, ਮਿਲਦੇ ਹੈਗੇ ਆ,
ਘੱਟ ਰਹਿਗੇ ਟਰੈਕਟਰ ਜਿਹਨਾਂ ਕੋਲ ਹੈਗਾ, ਲੋਕ ਜ਼ਿਮੀਂਦਾਰ ਵੇਚਦੇ ਬਹੁਤ ਘੱਟ ਨੇ ਬਾਈ ਇਹਨਾਂ ਨੂੰ, ਠੀਕ ਹੈ ਜੀ। ਪਰ ਬਾਈ ਕੋਲ ਦੋ ਖੜੇ ਨੇ, ਇੱਕ ਬਾਈ ਕੋਲ 56-20 ਖੜਾ, ਇੱਕ ਆਹ ਖੜਾ ਹੈ, ਠੀਕ ਹੈ ਜੀ। ਪੂਰਾ ਸ਼ਕੀਨ ਟਰੈਕਟਰ ਹੈ ਨਾ, ਆ ਕੇ ਦੇਖ ਕੇ ਤਸੱਲੀ ਕਰਕੇ ਬਾਈ ਸੌਦਾ ਕਰ ਲਿਓ ਟਰੈਕਟਰ ਦਾ। ਲਓ ਜੀ ਉਹਦੇ ਬਾਅਦ 'ਚ ਖੜਾ ਬਾਈ 52-10 ਖੜਾ ਜੀ, 2020 ਮਾਡਲ ਹੈ ਇਹ। ਟਾਇਰਾਂ ਦੀ ਗੱਲ ਕਰੀਏ ਤਾਂ ਬਾਈ 70-75 ਪੈਸੇ ਖੜੇ ਨੇ, ਗੇਅਰ ਪ੍ਰੋ ਵਾਲਾ ਇਹ, ਸਾਈਡ ਗੇਅਰ ਵਾਲਾ ਜੀ, ਠੀਕ ਹੈ ਜੀ। ਟਾਇਰ ਟੂਰ ਚੈੱਕ ਕਰ ਲਓ, ਪੂਰਾ ਸਾਫ਼ ਟਰੈਕਟਰ ਹੈ। ਲਓ ਜੀ ਛੱਤਰੀ ਲੱਗੀ ਹੋਈ ਹੈ ਬਾਈ ਟਰੈਕਟਰ ਨੂੰ, ਮਗਰਾੜਾਂ 'ਤੇ ਟੇਪ ਹੋਈ ਵੀ ਦੇਖੋ ਕਿਆ ਸੋਹਣੀ ਬਾਈ, ਸੇਫਟੀ ਵਾਸਤੇ ਵੀ ਇਹ ਕਈ ਵੀਰ ਕਰਾ ਲੈਂਦੇ ਨੇ ਵੀ ਝਰੀਟਾਂ 'ਚਰੂਟਾਂ ਨਾ ਪੈਣ, ਤਾਂ ਕਰਕੇ ਕਰਾਈਆਂ ਮੈਨੂੰ। ਟਰੈਕਟਰ ਤੁਹਾਨੂੰ ਲਗਭਗ ਸਾਰੇ ਦਿਖਾਤੇ, ਹਜੇ ਵੀ ਟਰੈਕਟਰ ਬਾਈ ਉੱਧਰ ਵੀ ਖੜ੍ਹੇ ਨੇ ਦੂਏ ਪਾਸੇ, ਸਾਰੇ ਟਰੈਕਟਰਾਂ ਦੇ ਜੇ ਲਾਗੇ ਦਿਖਾਉਣ ਬਾਈ ਮੇਰੇ ਹਿਸਾਬ ਨਾਲ ਦਿਹਾੜੀ ਫੁੱਟ ਜਾਣੀ ਉਰੇ। ਟਰੈਕਟਰ ਤਾਂ ਮਤਲਬ ਕਿ ਜਿਹਨੇ ਵੀ ਤੁਹਾਨੂੰ ਹਰੇਕ ਤਰ੍ਹਾਂ ਦੇ 3-3, 4-4 ਟਰੈਕਟਰ ਮਿਲੇ, ਜੌਂਡੀਅਰ ਤੁਹਾਨੂੰ 5-6 ਮਿਲ ਜਾਣੇ, ਸਵਰਾਜ 6-7 ਮਿਲ ਜਾਣੇ ਆ, ਹੋਲੈਂਡ 5-6 ਮਿਲ ਜਾਣੇ, ਸਾਰੇ ਟਰੈਕਟਰ ਖੜ੍ਹੇ ਨੇ। ਜਿਹਨੇ ਵੀ ਜਿਹੜਾ ਪਸੰਦ ਆ ਆ ਕੇ ਦੇਖ ਲਿਓ, ਠੀਕ ਹੈ ਜੀ। ਰੇਟ ਦੀ ਗੱਲ ਕਰੀਏ, ਮੈਂ ਨੰਬਰ ਥੱਲੇ ਬਾਈ ਵੀਡੀਓ ਦੇ ਥੱਲੇ ਮੈਂਸ਼ਨ ਕਰੂੰਗਾ, ਉਹ ਨੰਬਰ 'ਤੇ ਜਾ ਕੇ ਬਾਈ ਨਾਲ ਕਾਲ ਕਰਕੇ ਗੱਲਬਾਤ ਕਰ ਲਿਓ ਰੇਟ ਦੀ, ਜੋ ਵੀ ਹੋਇਆ ਬਾਈ ਵੱਧ ਘੱਟ ਹੋ ਜੂਗਾ ਮੌਕੇ 'ਤੇ, ਠੀਕ ਹੈ ਜੀ।